ਘਰੇ ਨਹੀਂ ਅਸੀਂ ਬੋਲੇ, ਲੇਕਿਨ ਗੱਡੀ 'ਚ ਅਸੀਂ ਬੋਲ ਸਕਦੇ ਹਾਂ। ਅਸੀਂ ਇੱਕ ਬਹੁਤ ਵੱਡਾ ਸਰਪ੍ਰਾਈਜ਼ ਦੇਣ ਚੱਲੇ ਹਾਂ ਆਪਣੀ ਮੰਮੀ ਨੂੰ, ਅਤੇ ਮੰਮੀ ਨੂੰ ਸਰਪ੍ਰਾਈਜ਼ ਦੇਣਾ ਸੀ ਅਤੇ ਉਹਦੇ ਲਈ ਅਸੀਂ ਮਾਰਕੀਟ ਚੱਲੇ ਹਾਂ। ਉਹ ਸਰਪ੍ਰਾਈਜ਼ ਕੀ ਹੈ ਤੁਸੀਂ ਸਾਡੇ ਨਾਲ ਚਲੋ, ਤੁਹਾਨੂੰ ਵੀ ਪਤਾ ਲੱਗੇਗਾ। ਮੁਬਾਰਕਾਂ ਹੋਣ ਸਿਮਰ ਸਾਹਿਬ ਜੀ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਹੋਣ। ਇਹ ਕੌਣ ਹੈ? ਜਾਏ ਮੰਮੀ ਬਾਹਰ ਜਾਇਓ, ਕੌਣ ਹੈ? ਮਾਸੀ ਭਾਂਜੀ ਲੱਗੀ ਹੋਈ ਆ ਦੋਵੇਂ, ਧੁੱਪ ਵਧੀਆ ਲੱਗੀ ਹੋਈ ਅੱਜ ਬਾਹਰ। ਇਬਾਦਤ ਮਾਸੀ ਨਾ ਖੇਡਦਾ ਸੀ, ਧੁੱਪ ਸੇਕਦਾ ਸੀ। ਮਾਸੀ ਨਾਲ ਖੇਡਦਾ ਏ, ਕਿੱਦਾਂ ਲੱਗੀ ਹੋਈ ਹੈ? ਵਧੀਆ। ਮੈਂ ਤਾਂ ਇਹਨੂੰ ਬਾਹਰ ਬੈਠੀ ਹਾਂ ਵਿਹੜੇ ਦੇ ਵਿੱਚ, ਧੁੱਪ ਲੱਗੀ, ਪਹਿਲਾਂ ਤਾਂ ਬੱਦਲ ਸੀ ਫਿਰ ਧੁੱਪ ਲੱਗ ਗਈ ਆ। ਮੱਛੀ ਦੇ ਗਈ ਸੀ, ਕਿੱਥੇ ਆ ਉਹ ਪਿੰਡ ਮੱਛੀ ਦੇ ਗਈ ਸੀ, ਕਿੱਥੇ ਗਈ ਸੀ? ਮੱਛੀ ਦੇ ਪਿੰਡ ਗਈ ਸੀ, ਮੱਛੀ ਦੇ ਪਿੰਡ ਗਈ ਸੀ। ਨਾਲ ਧੁੱਪ ਦਾ ਨਜ਼ਾਰਾ ਲੈ ਰਹੀ ਹੈ ਪੂਰਾ, ਨਾਲੇ ਮਾਸੀ ਨਾਲ ਲੱਗੀ ਹੋਈ ਹੈ। ਕਿੱਡੀ ਖੁਸ਼ ਹੁੰਦੀ ਆ। ਵੱਧ ਚੱਲੀ ਸਾਡੇ ਨਾਲ ਬਾਜ਼ਾਰ, ਬਾਏ ਬਾਏ ਕਰਦੇ ਮਾਸੀ। ਘਰੇ ਨੀ ਅਸੀਂ ਬੋਲੇ, ਲੇਕਿਨ ਗੱਡੀ ਚ ਅਸੀਂ ਬੋਲ ਸਕਦੇ ਹਾਂ। ਅਸੀਂ ਇੱਕ ਬਹੁਤ ਵੱਡਾ ਸਰਪ੍ਰਾਈਜ਼ ਦੇਣ ਚੱਲੇ ਹਾਂ ਆਪਣੀ ਮੰਮੀ ਨੂੰ, ਅਤੇ ਮੰਮੀ ਨੂੰ ਸਰਪ੍ਰਾਈਜ਼ ਦੇਣਾ ਸੀ ਅਤੇ ਉਹਦੇ ਲਈ ਅਸੀਂ ਮਾਰਕੀਟ ਚੱਲੇ ਹਾਂ। ਉਹ ਸਰਪ੍ਰਾਈਜ਼ ਕੀ ਹੈ ਤੁਸੀਂ ਸਾਡੇ ਨਾਲ ਚਲੋ, ਤੁਹਾਨੂੰ ਵੀ ਪਤਾ ਲੱਗੇਗਾ। ਮੰਮੀ ਤਾਂ ਅਸੀਂ ਇਹ ਕਹਿ ਕੇ ਆਏ ਵੀ ਅਸੀਂ ਇਬਾਦਤ ਦੇ ਕੱਪੜੇ ਲੈਣ ਚੱਲੇ ਹਾਂ, ਲੇਕਿਨ ਅਸੀਂ ਕੁਛ ਹੋਰ ਲੈਣ ਚੱਲੇ ਹਾਂ, ਅਤੇ ਉਹ ਹੁਣ ਤੁਹਾਨੂੰ ਆ ਕੇ ਪਤਾ ਲੱਗੇਗਾ। ਸਾਡੇ ਨਾਲ ਪੂਰਾ ਵਲੋਗ ਦੇਖਦੇ ਰਹੋ, ਕੀ ਸਰਪ੍ਰਾਈਜ਼ ਦੇਣ ਲੱਗੇ ਹਾਂ ਇਬਾਦਤ ਦੀ ਨਾਨੀ ਨੂੰ, ਅਤੇ ਸਪੈਸ਼ਲ ਇਬਾਦਤ ਦੀ ਨਾਨੀ ਨੂੰ ਦੇਣਾ ਉਹ ਸਰਪ੍ਰਾਈਜ਼। ਬੈਟਰ ਲਾ ਲਓ ਸਾਹਿਬ ਜੀ, ਜ਼ਰੂਰੀ ਹੈ, ਨਾ ਪਿੰਡ ਦੀ ਗੱਲ ਨਹੀਂ ਹੁੰਦੀ, ਸੇਫਟੀ ਦੀ ਗੱਲ ਹੁੰਦੀ। ਬੈਲਟ ਲਾਉਣਾ, ਮੈਂ ਵੀ ਲਾਵਾਂ ਪਹਿਲਾਂ। ਲਓ ਜੀ, ਬੈਲਟਾਂ ਲਾਉਣੀਆਂ ਜ਼ਰੂਰੀ ਹੁੰਦੀਆਂ ਨੇ ਗੱਡੀ ਚਲਾਉਂਦੇ ਸਮੇਂ, ਕਿਉਂਕਿ ਸੇਫਟੀ ਹੁੰਦੀ ਇਕੱਲੀ ਚਲਾਉਣ ਤੋਂ ਬਚਣ ਵਾਸਤੇ ਨਹੀਂ। ਅਤੇ ਹੁਣ ਸਰਪ੍ਰਾਈਜ਼ ਕੀ ਹੈ ਇਹ ਬਾਅਦ ਦੱਸਾਂਗੇ, ਪੂਰੀ ਸਟੋਰੀਜ਼ ਦੱਸਾਂਗੇ ਤੁਹਾਨੂੰ ਵੀ ਕਿਉਂ ਸੀ ਇਹ ਸਰਪ੍ਰਾਈਜ਼ ਅਤੇ ਕੀ ਸੀ ਸਾਰਾ ਰੀਜ਼ਨ। ਬਣੇ ਰੋ ਵਲੋਗ ਦੇਖੋ, ਬਸ ਚੱਲੇ ਹਾਂ ਪਹਿਲਾਂ ਕਿੱਥੇ ਚੱਲੀਏ, ਚਲੋ ਸਾਡੇ ਨਾਲ। ਧਾਰੀਵਾਲ ਸ਼ਹਿਰ ਐਂਟਰ ਕਰ ਚੁੱਕੇ ਹਾਂ ਜੀ, ਨਸ਼ਹਿਰਾ ਮੱਝਾ ਸਿੰਘ ਤੋਂ ਆਉਂਦੇ ਹੋਏ ਧਾਰੀਵਾਲ ਆਉਂਦਾ ਜੀ, ਜਿਹੜਾ ਕਿ ਪਟਿਆਲੇ ਬਟਾਲੇ ਤੋਂ ਦੂਰੀ ਹੈ, ਗੁਰਦਾਸਪੁਰ ਵੱਲ ਜਾਂਦੇ ਹੋਏ ਰਸਤੇ ਦੇ ਵਿੱਚ ਆਉਂਦਾ ਹੈ। ਨਾਲ ਇੱਥੇ ਹਲੇ ਵੀ ਘੜੂਕੇ ਚੱਲਦੇ ਨੇ, ਜਿਹਨੂੰ ਮਰੂਤੇ ਕਹਿੰਦੇ ਨੇ ਇੱਧਰ ਦੇ ਲੋਕ। ਇਹ ਇਹ ਪੁਰਾਣੀਆਂ ਗੱਡੀਆਂ ਇੱਥੇ ਜਿਹੜੀਆਂ ਚੱਲਦੀਆਂ ਨੇ ਘੜੂਕੇ, ਇਹ ਹਲੇ ਵੀ ਇੱਥੇ ਚੱਲਦੇ ਹੈਗੇ ਨੇ, ਹੈਨਾ। ਪਿੱਛੇ ਬਾਦਲ ਨੇ ਚੱਕੇ ਨੇ ਰੋਲੇ, ਇਹਨੂੰ ਨੀਂਦ ਆ ਰਹੀ ਹੈ ਮੈਨੂੰ ਲੱਗਦਾ, ਪਰ ਇਹ ਸੁਣਦੀ ਵੀ ਨਹੀਂ ਪਈ ਹੈਗੀ। ਅਤੇ ਧਾਰੀਵਾਲ ਪਹੁੰਚ ਚੁੱਕੇ ਹਾਂ ਜੀ, ਧਾਰੀਵਾਲ ਪਹੁੰਚ ਚੁੱਕੇ ਹਾਂ। ਇੱਥੋਂ ਹੁਣ ਕਿੱਥੇ ਜਾਣਾ ਹੁਣ ਸਿਮਰਤ ਦੱਸੇਗਾ ਸਾਨੂੰ, ਕਿਹੜੇ ਕਿਹੜੀ ਕਿਹੜੇ ਏਰੀਆ 'ਚ ਜਾਣਾ ਅਤੇ ਕਿੱਥੇ ਪਹੁੰਚਣਾ ਆਪਾਂ, ਕਿਹੜੀ ਥਾਂ 'ਤੇ ਐਗਜੈਕਟ ਪਹੁੰਚਣਾ। ਬਾਬੂ ਨਾ, ਤੇਰੀ ਨਾਨੀ ਵਾਸਤੇ ਕੁਝ ਲੈਣ ਆਇਆ। ਸੜਕ ਦਾ ਬਹੁਤ ਬੁਰਾ ਹਾਲ ਹੈ ਭਰਾ ਇੱਥੇ ਦਾ, ਕਿ ਨਹੀਂ? ਸੜਕ ਦਾ ਬਹੁਤ ਬੁਰਾ ਹਾਲ ਹੈ। ਚਲੋ ਜੀ, ਉੱਥੋਂ ਦਾ ਜਿਹੜੀ ਚੀਜ਼ ਮਿਲਣੀ ਸੀ ਲੈਣੀ ਸੀ ਉਹ ਮਿਲੀ ਨਹੀਂ, ਕਿਉਂਕਿ ਸੜਕ ਵੀ ਬੜੀ ਪੱਟੀ ਹੋਈ ਸੀ, ਮਨ ਨਹੀਂ ਕੀਤਾ ਇੱਕ ਦੋ ਦੁਕਾਨਾਂ ਹੋਰ ਦੇਖਣ ਦਾ। ਆਪਾਂ ਅੱਗੇ ਚੱਲਦੇ ਹਾਂ, ਅਗਲੀ ਦੁਕਾਨ ਤੋਂ ਪੱਕਾ ਉਹ ਚੀਜ਼ ਸਾਨੂੰ ਮਿਲ ਜਾਏਗੀ।
ਬਣੇ ਰਹੋ ਬਾਜ਼ਾਰ ਦੇ ਵਿੱਚ ਵੜ ਗਏ। ਬਾਜ਼ਾਰ ਬੜਾ ਡੂੰਘਾ, ਧਾਰੀਵਾਲ ਬਾਜ਼ਾਰ ਡੂੰਘਾ ਹੀ ਹੈ, ਟ੍ਰੈਫਿਕ ਬਹੁਤ ਹੈ ਇੱਥੇ। ਲਓ ਜੀ ਇੱਧਰ ਮਿਲ ਗਈਆਂ ਦੁਕਾਨਾਂ, ਹੁਣ ਇੱਧਰ ਰੋਕ ਕੇ ਆਪਾਂ ਦੇਖੀਏ ਸਾਹਮਣੇ ਕੋਈ ਦੁਕਾਨ ਹੈ ਇੱਥੋਂ ਦੇਖ ਲਈਏ ਜਿਹੜੀ ਚੀਜ਼ ਲੈਣੀ ਇੱਥੋਂ ਮਿਲ ਜਾਏਗੀ। ਸਿਮਰਤ ਨੂੰ ਕਿਹਾ ਮੈਂ ਪਹਿਲਾਂ ਤੂੰ ਆ ਜਾ ਬਾਹਰ, ਕਿਰਨ ਵਾਲੇ ਬੈਠੇ ਰਹਿਣ ਦੇ। ਕਿਰਨ ਬੈਠੀ ਹੋਈ ਨੇ ਬਾਦਲ ਨਾਲ ਗੱਡੀ ਦੇ ਵਿੱਚ, ਸਿਮਰਤ ਸਾਹਿਬ ਖੜ੍ਹੇ ਨੇ ਇੱਥੇ, ਬਾਈ ਹੁਣੇ ਚੈੱਕ ਕਰ ਰਹੇ ਨੇ ਜਿਹੜੀ ਚੀਜ਼ ਅਸੀਂ ਚਾਹੀਦੀ ਸੀ ਇਹਨਾਂ ਕੋਲ ਹੈਗੀ ਕਿ ਨਹੀਂ ਹੈਗੀ, ਜੇ ਮਿਲੇਗੀ ਤਾਂ ਨਾਲ ਦੀ ਨਾਲ ਲੈ ਲਾਂਗੇ ਕਿ ਨਹੀਂ। ਬਸ ਦੇਖ ਕੇ ਪੰਜ ਮਿੰਟ ਬਾਈ ਚੈੱਕ ਕਰ ਰਹੇ ਆਪਣੇ ਸਿਸਟਮ ਦੇ ਵਿੱਚ, ਲੈ ਕੇ ਫਿਰ ਆਪਾਂ ਚੱਲੀਏ ਘਰ ਨੂੰ ਅਤੇ ਮੰਮੀ ਨੂੰ ਦਈਏ ਸਰਪ੍ਰਾਈਜ਼। ਸਰਪ੍ਰਾਈਜ਼ ਸਰਪ੍ਰਾਈਜ਼ ਜ਼ਿਆਦਾ ਹੋ ਗਿਆ ਪਰ ਫਿਰ ਵੀ ਮਾਤਾ ਵਾਸਤੇ ਤਾਂ ਬੜੀ ਖੁਸ਼ੀ ਦੀ ਗੱਲ ਹੋਣੀ ਹੈ। ਗੈਸ ਕਰੋ ਜੇ ਕਿਸੇ ਨੂੰ ਕੋਈ ਆਈਡੀਆ ਹੋ ਗਿਆ, ਗੈਸ ਕਰ ਲਿਆ ਤਾਂ ਕਮੈਂਟ ਵਿੱਚ ਦੱਸੋ, ਇਸੀ ਜਗ੍ਹਾ 'ਤੇ ਕਮੈਂਟ ਕਰ ਦਿਓ ਵੀ ਕੀ ਚੀਜ਼ ਲੈਣ ਆਏ ਹੋਵਾਂਗੇ ਆਪਣੀ ਮਾਤਾ ਲਈ, ਕਮੈਂਟ ਕਰ ਦਿਓ ਫਟਾਫਟ। ਓਕੇ ਓਕੇ ਪੂਰਾ ਲਓ ਜੀ ਆਪਾਂ ਕਰ ਲਈ ਬਾਏ ਮਾਤਾ ਵਾਸਤੇ ਚੀਜ਼ ਜਿਹੜੀ ਬਾਏ ਕਰਨੀ ਸੀ। ਕਈਆਂ ਨੇ ਸਹੀ ਕਮੈਂਟ ਕੀਤਾ ਹੋਣਾ, ਕਈਆਂ ਨੇ ਕੀਤਾ ਹੋਣਾ ਗਲਤ, ਬਾਕੀ ਜੇ ਤੁਸੀਂ ਕਮੈਂਟ ਕੀਤਾ ਉਹਦੇ ਲਈ ਧੰਨਵਾਦ ਤੁਹਾਡਾ, ਮੁਬਾਰਕਾਂ ਹੋਣ। ਸਿਮਰਤ ਸਾਹਿਬ ਜੀ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਹੋਣ। ਲਓ ਜੀ ਬਹੁਤ ਵਧੀਆ, ਸਾਡੇ ਲਈ ਤਾਂ ਖੁਸ਼ੀ ਦੀ ਗੱਲ ਹੈ ਅਤੇ ਸਭ ਤੋਂ ਵੱਡੀ ਖੁਸ਼ੀ ਦੀ ਗੱਲ ਹੋਣੀ ਮਾਤਾ ਲਈ ਸਾਡੀ। ਹੁਣ ਇਹਦੇ ਪਿੱਛੇ ਦੀ ਸਟੋਰੀ ਹੈ ਤੁਹਾਨੂੰ ਦੱਸਾਂਗੇ, ਇੱਕ ਵਾਰੀ ਚੀਜ਼ ਆ ਜੇ ਘਰੇ ਫਿਰ ਤੁਹਾਨੂੰ ਸਾਰੀ ਸਟੋਰੀ ਦੱਸਾਂਗੇ ਇਹਦੇ ਪਿੱਛੇ, ਹੈ ਨਾ। ਅਤੇ ਪਹਿਲਾਂ ਹੁਣ ਘਰ ਚੱਲੀਏ, ਅਤੇ ਮਾਤਾ ਨੂੰ ਪਤਾ ਹੀ ਨਹੀਂ ਅਸੀਂ ਤਾਂ ਝੂਠ ਬੋਲ ਕੇ ਆਏ ਵੀ, ਹਾਂ ਅਤੇ ਇਬਾਦਤ ਦਾ ਝੂਠ ਬੋਲ ਕੇ ਆਏ ਵੀ ਕੱਪੜੇ ਲੈਣ ਚੱਲਿਆ ਸੀ, ਹੈ ਨਾ। ਚਲੋ ਕਿਹਾ ਨਾ ਕਾਰਡ ਪਾ ਲਓ ਵਿੱਚ, ਅਤੇ ਹੁਣ ਆਪਾਂ ਘਰ ਚੱਲੀਏ ਪਹਿਲਾਂ, ਅਤੇ ਮੈਗੀ ਮੂਗੀ ਬੜੀ ਖਾਈਏ, ਮੇਰਾ ਮਨ ਕਰ ਰਿਹਾ ਮੈਗੀ ਖਾਣ ਨੂੰ। ਮੈਗੀ ਆਪਾਂ ਖਾ ਲਾਂਗੇ, ਮੈਗ ਮੂਗੀ ਤੁਸੀਂ ਖਾ ਲਿਓ। ਚਲੋ ਇਹ ਵੀ ਠੀਕ ਹੈ, ਚਲੋ ਜੀ ਘਰ ਚੱਲੀਏ ਪਹਿਲਾਂ। ਲੋ ਅੱਜ ਮਾਤਾ ਨੂੰ ਕਰਦੇ ਹਾਂ ਖੁਸ਼ ਕਿ ਮਾਤਾ ਨੂੰ ਦਿੰਦੇ ਹਾਂ ਛੁੱਟੀ ਕਿਚਨ ਦੀ, ਅਤੇ ਕਿਚਨ ਦੀ ਡਿਊਟੀ ਸਾਂਭੇਗਾ ਅੱਜ ਮਾਤਾ ਦਾ ਵੱਡਾ ਮੁੰਡਾ। ਕਿਹਾ ਜੀ ਬਣਾ ਲਾ, ਮਾਤਾ ਨੂੰ ਕਿਹਾ ਤੁਸੀਂ ਬੈਠੋ ਮੈਂ ਬਣਾਉਂਦਾ ਮੈਗੀ ਕੜਾਈ ਕਿਹੜੀ ਆਹ ਲਈ, ਸਾਰਿਆਂ ਨੂੰ ਮੈਗੀ ਬਣਾ ਕੇ ਖਵਾ, ਸਮਾਨ ਮੈਨੂੰ ਕੱਟਤਾ, ਤੁਸੀਂ ਮੈਨੂੰ ਲੂਣ ਮਿਰਚ ਦੱਸ ਦੋ ਕਿਤੇ ਪਿਆ, ਬਸ ਠੀਕ ਹੈ ਤੁਹਾਡਾ ਕੰਮ ਖਤਮ, ਜਾਓ। ਲਓ ਜੀ ਕਿਚਨ ਹੋ ਗਈ ਮੇਰੇ ਹਵਾਲੇ, ਪ੍ਰਾਹੁਣਿਆਂ ਨੂੰ ਲਾ ਤਾ ਇਹਨਾਂ ਨੇ ਕੰਮ, ਮੈਂ ਦੁੱਖ ਆਪਣਾ ਕੱਲਾ ਕੱਲਾ ਦੱਸੂਗਾ, ਇਹ ਤਾਂ ਹੁਣ ਚਲੇ ਗਏ ਨੇ ਬਾਹਰ, ਰੋਟੀ ਨਹੀਂ ਖਵਾਉਣ ਦੇ ਮੈਨੂੰ। ਚਲੋ ਮਜ਼ਾਕ ਆਪਣੀ ਥਾਂ 'ਤੇ, ਮੈਂ ਮੰਮੀ ਉਹਨਾਂ ਨੂੰ ਕਿਹਾ ਮੈਂ ਤੁਹਾਨੂੰ ਮੈਗੀ ਮੈਂ ਬਣਾ ਕੇ ਖਵਾਉਂਦਾ, ਤੁਸੀਂ ਬੈਠੋ ਸਵੇਰ ਦੇ ਤੁਸੀਂ ਕੰਮ ਲੱਗਿਓ, ਮੈਨੂੰ ਮੈਗੀ ਬਣਾਉਣ ਦਾ ਮੌਕਾ ਦਿੱਤਾ ਜਾਵੇ, ਅਵਸਰ ਦਿੱਤਾ ਜਾਵੇ, ਸੋ ਹੁਣ ਮੈਂ ਇਹਨਾਂ ਨੂੰ ਸਾਰਿਆਂ ਨੂੰ ਮੈਗੀ ਬਣਾ ਕੇ ਖਵਾਉਂਦਾ। ਸਿਮਰਤਪਾਲ ਸਿੰਘ ਇੱਧਰ ਆ ਜਾ ਜ਼ਰਾ, ਤੂੰ ਨਾ ਵੇਲਾ ਪੈ। ਲਓ ਜੀ ਪਿਆਜ਼ ਪਾ ਦਿੱਤੇ ਗਏ ਪਹਿਲਾਂ ਕੜਾਹੀ ਦੇ ਵਿੱਚ, ਇੱਧਰ ਸਿਮਰਤ ਨੂੰ ਮੈਂ ਲਾਇਆ ਕੰਮ ਵੀ ਸਾਰੇ ਪੈਕਟ ਖੋਲ੍ਹ ਅਤੇ ਉਹਦੇ ਵਿੱਚੋਂ ਮਸਾਲਾ ਜਿਹਾ ਕੱਢ, ਅਤੇ ਬਾਕੀ ਜਿਹੜਾ ਸਵਾਦ ਆਏਗਾ ਉਹ ਹੱਥਾਂ ਦਾ ਹੀ ਹੁੰਦਾ, ਖਾ ਕੇ ਦੱਸਣਾ ਜੀ, ਖਾ ਕੇ ਦੱਸਣਾ ਮੈਂ। ਕਿਰਨ ਕਿਉਂ ਅੰਦਰ ਆ ਗਏ ਨੇ ਬਾਤ ਤੋਂ ਲੈ ਕੇ। ਲਓ ਜੀ ਟਮਾਟਰ ਪੂਰ, ਮੈਂ ਹੁਣ ਮੈਂ ਮੈਗੀ ਤਾਂ ਸਾਰਿਆਂ ਬਣਾਉਣੀ ਆਉਂਦੀ ਹੈ, ਮੈਂ ਬਸ ਫਟਾਫਟ ਬਣਾ ਕੇ ਬੰਦ ਕਰਦਾ, ਵੀਡੀਓ ਬਾਅਦ ਖਾਂਦਿਆਂ ਦੀ ਦੱਸਾਂਗੇ ਆਪਾਂ, ਬਣਾਉਂਦਿਆਂ ਤਾਂ ਸਭ ਨੂੰ ਪਤਾ ਹੀ ਹੈ ਕਿ ਨਹੀਂ, ਬਣਾਉਣ ਦਾ ਤਾਂ ਸਾਰਿਆਂ ਨੂੰ ਪਤਾ ਹੀ ਹੈ, ਖਾਣ ਦਾ ਦੱਸਾਂਗੇ ਆਪਾਂ। ਬਾਕੀ ਜਿਹੜੀ ਚੀਜ਼ ਅਸੀਂ ਲੈ ਕੇ ਆਏ ਹਾਂ ਉਹ ਹਾਲੇ ਕਿਸੇ ਨੂੰ ਨਹੀਂ ਪਤਾ, ਤੁਹਾਨੂੰ ਵੀ ਬਾਅਦ 'ਚ ਪਤਾ ਲੱਗੇਗੀ, ਜਿਹਨੇ ਰੋਟੀ ਰੋਟੀ ਖਾ ਕੇ ਅਸੀਂ ਬਾਹਰ ਬੈਠਾਂਗੇ ਉਦੋਂ ਤੱਕ ਕੋਈ ਨਾ ਕੋਈ ਆ ਜਾਵੇਗਾ। ਦੱਸੋ ਕੀ ਗੱਲਾਂ ਚੱਲ ਰਹੀਆਂ ਨੇ ਮੇਰੇ ਚੋਰੀ ਚੋਰੀ, ਅਸੀਂ ਗੱਲਾਂ ਇਹ ਕਰਦੇ ਸੀ ਵੀ ਸਿੱਪੀ ਮੈਗੀ ਬਣਾਉਂਦੇ ਰਸੋਈ 'ਚ, ਮਾਮਾ ਧੀਆਂ ਨੇ ਤੇਰੇ ਕੋਲ ਚੁਗਲੀਆਂ ਕਰ ਲਈ ਹੈ, ਮਾੜੀ ਗੱਲ ਹੈ, ਮਾੜੀ ਗੱਲ ਹੈ, ਚੁਗਲੀਆਂ ਕਰਦੇ ਤੁਸੀਂ ਮੇਰੇ, ਮੈਂ ਕਿਹਾ ਸਿੱਪੀ
ਠੀਕ ਹੈ ਜੀ ਠੀਕ ਹੈ। ਅੱਛਾ ਜੀ ਮੈਗੀ ਸਟੀਮ ਨਾਲ ਬਣ ਰਹੀ ਹੈ ਥੋੜੀ ਜੀ ਸਟੀਮ ਦੇ ਥੋੜੀ ਬਸ ਸਟੀਮ ਨਾਲ ਹੀ ਬਣ ਰਹੀ ਬੰਦ ਢੱਕਣ ਢੱਕ ਹੈ ਨਾ ਬੰਦ ਹੋ ਗਈ ਇਹ ਕੌਣ ਹੈ ਦਾਈ ਮੰਮੀ ਬਾਹਰ ਜਾਇਓ ਮੈਨੂੰ ਘਰੇ ਲੱਗਦਾ ਕੋਈ ਕੌਣ ਹੈ ਸਤਿ ਸ਼੍ਰੀ ਅਕਾਲ ਜੀ ਵਧਾਈਆਂ ਹਨ ਤੁਹਾਨੂੰ ਤੁਹਾਡੀ ਨਵੀਂ ਮਸ਼ੀਨ ਦੀਆਂ ਲਓ ਜੀ ਹੁਣ ਤਾਂ ਮਤਾ ਦੌੜ ਦੌੜ ਕੰਮ ਕਰਨਾ ਲਓ ਜੀ ਆਪਾਂ ਲਿਆਂਦੀ ਮਾਤਾ ਵਾਲੇ ਵਾਸਤੇ ਵਾਸ਼ਿੰਗ ਮਸ਼ੀਨ ਬਾਅਦ ਚ ਕਰਦੇ ਆ ਬੜੀ ਗੱਲ ਡਿਸਕਸ ਇਹਦੇ ਤਾਂ ਬੜਾ ਵੱਡਾ ਮਾਤਾ ਨੂੰ ਚਾਹ ਤਰਨ ਦੀ ਹੈ ਤੇਜੋ ਤੇਜ ਮਾਤਾ ਦਾ ਕੰਮ ਸਿਖਾਲਾ ਉਹ ਕਰਤਾ ਮੈਗੀ ਬਣ ਗਈ ਕਿਰਨ ਥੋੜੀ ਜੀ ਮੈਂ ਗਰਮ ਕਰਦਾ ਦੁਬਾਰਾ ਕੱਪੜੇ ਲੈਣ ਗਏ ਸੀ ਕੀ ਲਿਆ ਚਲੋ ਪਹਿਲਾਂ ਮੈਗੀ ਖਾਈਏ ਫਿਰ ਆਪਾਂ ਖੁਸ਼ੀ ਦਾ ਜ਼ਾਹਰ ਕਰਦੇ ਹਾਂ ਪੂਰਾ ਮੈਗੀ ਦਾ ਰੰਗ ਵੇਖ ਕੇ ਬੇਕਾਰ ਬਹੁਤ ਜ਼ਿਆਦਾ ਟੇਸਟ ਸੱਚੀ ਦੱਸੀ ਅਲਟੀਮੇਟ ਝੂਠ ਨਾ ਬੋਲੀ ਬਰਾ ਸੱਚੀ ਅਨੂ ਦੱਸੇਗੀ ਬਹੁਤ ਵਧੀਆ ਵਾ ਅੱਜ ਮੈਂ ਮਤਲਬ ਆਪਣੇ ਹੱਥ ਦੀ ਮੈਗੀ ਖਾਂਦੀ ਹੁੰਦੀ ਬਣਾ ਕੇ ਅੱਜ ਭਾਜੀ ਦੇ ਹੱਥ ਦੀ ਮੈਗੀ ਵੀ ਖਾਂਦੀ ਬਹੁਤ ਟੇਸਟੀ ਹੈ ਫਰਕ ਆ ਰਿਹਾ ਮਜ਼ਾ ਆ ਰਿਹਾ ਕਿਰਨ ਦੱਸੇਗੀ ਅਸਲੀ ਆਲੋਚਨਾ ਮੇਰੀ ਕਿਰਨ ਨੇ ਕਰਨੀ ਹੁੰਦੀ ਹੈ ਨੇ ਮੈਨੂੰ ਤਾਂ ਬੜੀ ਸਵਾਲ ਆਉਂਦੀ ਸ਼ਿਪੀ ਦੇ ਹੱਥ ਦੀ ਮੈਗੀ ਮੈਨੂੰ ਆਪਣੇ ਹੱਥ ਦੀ ਨਹੀਂ ਨਿਵੇਦ ਕਰਦੀ ਪ੍ਰੋਪਰ ਮਸਾਲਾ ਵਿੱਚ ਘੁਲਿਆ ਹੋਇਆ ਸਾਰਾ ਕੁਝ ਮਿਕਸ ਹੋਵੇ ਇੰਨਾ ਸਵਾਲ ਲੱਗਣੀ ਸਾਨੂੰ ਮੈਗੀ ਵੀ ਮਤਲਬ ਪੂਰੀ ਉਹ ਹੋਈ ਆ ਉਹ ਨਹੀਂ ਹੈਗੀ ਹਨਾ ਜਮਾ ਕੱਚੀ ਨਹੀਂ ਆ ਜਮਾ ਕੱਚੀ ਕਹਾਂਗੇ ਨਹੀਂ ਇੰਨੀ ਆ ਭਲਾਈ ਆ ਤਾਂ ਇੱਕ ਕਿੱਦਾਂ ਜੇ ਵੀ ਹੋ ਜਾਂਦੀ ਹੈ ਨਾ ਉਵੇਂ ਵੀ ਨਹੀਂ ਆ ਮੰਮੀ ਆ ਜਾਓ ਯਾਰ ਖਾਣੀ ਹੈ ਤਾਂ ਮਾਤਾ ਤੋਂ ਗਿੱਧਾ ਪਾਉਣਾ ਵਾਸ਼ਿੰਗ ਮਸ਼ੀਨ ਵਿੱਚ ਬਿਠਾ ਕੇ ਮੰਮੀ ਜਲਦੀ ਚਮਚ ਮਾਰੋ ਮੂੰਹ ਚ ਇੱਕ ਸੱਚੀ ਮਜ਼ਾਕ ਨੀ ਕਰਨਾ ਕਿਤੇ ਵਲੋਗ ਦੇ ਚੱਕਰ ਚ ਬਾਅਦ ਚ ਛੁਪਿਆ ਕੀ ਕਰਦਾ ਉਦੋਂ ਵੀ ਬਹੁਤ ਸਵਾਸ ਹਾਂ ਕਿਰਨ ਸਹੀ ਦੱਸੋ
ਥੈਂਕ ਯੂ ਜੀ, ਥੈਂਕ ਯੂ। ਮੇਰਾ ਸਫਲ ਹੋਇਆ ਮੈਗੀ ਬਣਾਉਣਾ। ਚਲੋ ਹੁਣ ਮੰਮੀ ਨੂੰ ਪਹਿਲਾਂ ਮੈਗੀ ਖਾ ਲਈ, ਫਿਰ ਆਪਾਂ ਮਸ਼ੀਨ ਦੀਆਂ ਡਿਸਕਸ਼ਨਾਂ ਕਰਦੇ ਹਾਂ। ਸਾਡੀ ਮਾਤਾ ਦਾ ਖੁਸ਼ੀ ਦਾ ਟਿਕਾਣਾ ਨਹੀਂ ਵੇ ਲੋਕੋ। ਕੀ ਕਰੀ ਜਾਂਦੇ ਹੋ? ਅੰਗੂਰ ਛਿਲ ਛਿਲ ਕੇ ਦੇ ਰਹੇ ਹੋ? ਕਿਰਨ ਦੱਸਣਗੇ ਮਸ਼ੀਨ ਦਾ ਪ੍ਰੋਗਰਾਮ ਕਿਵੇਂ ਬਣਿਆ ਸੀ। ਦੱਸੋ, ਅੱਜ ਮਾਤਾ ਨੇ ਕਿਹਾ ਨਾ, ਅੱਜ ਮਾਤਾ ਕਹਿਣ ਡੇ ਵੀ ਸਰਦੀਆਂ ਚ ਕੱਪੜੇ ਧੋ ਹੱਥ ਨਾਲ, ਹੈਨਾ ਵੀ ਠੰਡ ਲੱਗ ਗਈ ਦੋ ਵਾਰੀ ਮਾਤਾ ਨੂੰ, ਹਨਾ ਹੋਇਆ ਤੇ ਠੰਡ ਲੱਗ ਗਈ ਮਾਤਾ ਨੂੰ। ਤੇ ਮੈਂ ਕਿਹਾ ਇਹ ਅਸੀਂ ਪਹਿਲਾਂ ਸੋਚਿਆ ਹੋਇਆ ਸੀ, ਕਿਉਂਕਿ ਮੰਮੀ ਨੇ ਇਹਨਾਂ ਨੂੰ ਕੋਈ ਵੀ ਇਹਨਾਂ ਨੇ ਚੂੜੀ ਗੋਲਡ ਗਾਲਡ ਕੁਛ ਨਹੀਂ, ਰਿੰਗ ਵਾਲੀਆਂ ਕੁਛ ਨਹੀਂ ਪਾਉਂਦੇ, ਤੇ ਇਸ ਕਰਕੇ ਉੱਧਰ ਸਾਰੇ ਮੰਮੀ ਉਹਨਾਂ ਨੂੰ, ਭਾਬੀ ਹੁਣਾਂ ਨੂੰ ਜਾਂ ਦੀਦੀ ਹੁਣਾਂ ਨੂੰ, ਕਿਰਨ ਨੂੰ ਵੀ, ਸਭ ਨੂੰ ਗੋਲਡ ਦੀ ਆਈਟਮ ਕੁਛ ਨਾ ਕੁਛ ਮਿਲੀਆਂ ਇਬਾਦਤ ਦੀ ਖੁਸ਼ੀ ਦੇ ਵਿੱਚ। ਅਤੇ ਇਹ ਮੰਮੀ ਸਾਡੇ ਵਾਂਝੇ ਰਹਿ ਗਏ ਸੀ, ਫਿਰ ਅਸੀਂ ਪਲੈਨ ਕੀਤਾ ਸੀ ਜਦੋਂ ਉੱਥੇ ਜਾਵਾਂਗੇ ਮੰਮੀ ਨੂੰ ਉਹ ਚੀਜ਼ ਲੈ ਕੇ ਦੇਵਾਂਗੇ ਜਿਹੜੀ ਮੰਮੀ ਦੀ, ਜਿਹੜੀ ਚੀਜ਼ ਦੀ ਮੰਮੀ ਨੂੰ ਜ਼ਰੂਰਤ ਹੈਗੀ ਹੈ। ਪਹਿਲਾਂ ਅਸੀਂ ਸੋਚਿਆ ਸੀ ਵੀ ਆਪਾਂ ਕੁਛ ਹੋਰ ਚੀਜ਼ ਲੈ ਕੇ ਦਈਏ, ਹੈ ਨਾ, ਬਟ ਫਿਰ ਇੱਕੋ ਦਮ ਆਈਡੀਆ ਜਦੋਂ ਮੰਮੀ ਥੋੜ੍ਹੇ ਦਿਨ ਪਹਿਲਾਂ ਅਸੀਂ ਪਿੰਡ ਸੀ ਤਾਂ ਉੱਥੇ ਵੀ ਮੰਮੀ ਕਹਿ ਰਹੇ ਸੀ, ਕਿਰਨ ਨਾਲ ਗੱਲ ਹੋ ਰਹੀ ਸੀ ਵੀ ਠੰਡ ਲੱਗਦੀ, ਹੈ ਨਾ, ਅਸੀਂ ਕਿਹਾ ਵਾਸ਼ਿੰਗ ਮਸ਼ੀਨ ਲੈ ਕੇ ਦਿੰਦੇ ਸਰ ਮੰਮੀ ਨੂੰ। ਸੋ ਅੱਜ ਅਸੀਂ ਆਏ, ਕੱਲ੍ਹ ਆਏ ਹਾਂ ਅਤੇ ਅਸੀਂ ਅੱਜ ਦਾ ਪ੍ਰੋਗਰਾਮ ਬਣਾਇਆ ਮੰਮੀ ਨੂੰ ਬਿਨਾਂ ਦੱਸੇ ਹੀ ਚਲੇ ਗਏ, ਅਤੇ ਵਾਸ਼ਿੰਗ ਮਸ਼ੀਨ ਇਬਾਦਤ ਵੱਲੋਂ ਮਿਲੀ ਆਪਣੀ ਨਾਨੀ ਨੂੰ, ਠੀਕ ਹੈ। ਅਤੇ ਇਹ ਨਹੀਂ ਹੁੰਦਾ ਕਿ ਆਪਾਂ ਕੋਈ ਓਪਰਾ ਹੈਗਾ ਜਾਂ ਕੋਈ ਫੋਰਮੈਲਿਟੀ ਹੈ, ਜਿਵੇਂ ਆਪਾਂ ਹੈਗੇ ਹਾਂ, ਜਿਵੇਂ ਆਪਾਂ ਇੱਕ, ਇਹ ਵੀ ਮੇਰਾ ਘਰ ਹੈ, ਮੋਹਾਲੀ ਵੀ ਮੇਰਾ ਘਰ ਹੈ, ਪਿੰਡ ਕੋਲੀ ਵੀ ਮੇਰਾ ਘਰ ਹੈ, ਇਹ ਸਾਰੇ ਆਪਣੇ ਘਰ ਨੇ। ਸੋ ਫੋਰਮੈਲਿਟੀ ਵਾਲੀ ਕੋਈ ਗੱਲ ਨਹੀਂ ਹੁੰਦੀ, ਮਾਂ ਮਾਂ ਹੀ ਹੁੰਦੀ ਹੈ, ਸੱਸ ਨਹੀਂ ਆਪਾਂ ਕਦੇ ਸਮਝਦੇ, ਆਪਾਂ ਹਾਸੇ ਖੇਡੇ ਜੋ ਮਰਜ਼ੀ ਕਰ ਲੈਂਦੇ ਹਾਂ ਨਾ ਵੀ, ਹੈ ਨਾ, ਮਜ ਹਾਸੇ ਭਾਣ ਦੇ ਚੱਕਰ 'ਚ, ਪਰ ਇਹ ਮੇਰੀ ਮਾਂ ਹੈ, ਜੇ ਕਿਰਨ ਦੀ ਮਾਂ ਹੈ ਤਾਂ ਮੇਰੀ ਵੀ ਮਾਂ ਹੈ, ਹੈ ਨਾ। ਸੋ ਉਹ ਵਾਲਾ ਸੀਨ ਆਪਣਾ ਬਿਲਕੁਲ ਨਹੀਂ ਹੈਗਾ ਕਿ ਮੈਂ ਜਵਾਈ ਬਣ ਕੇ ਇਹਨਾਂ ਦਾ ਦਿਖਾਵਾਂ, ਤਾਂ ਪੁੱਤਾਂ ਅਤੇ ਪੁੱਤ ਰਵਾਂਗੇ, ਰਹਿੰਦੀ ਉਮਰ ਰਹਾਂਗੇ। ਮੈਂ ਨਾ, ਮੈਨੂੰ ਕਹਿੰਦੇ ਕਿ ਕੱਪੜੇ ਲੈਣ ਚੱਲੇ ਜੀ ਬਾਦਲ ਦੇ, ਅਤੇ ਮੈਂ ਨਾ ਮੈਂ ਸੋਚਿਆ ਹੋ ਸਕਦਾ ਗਰਮੀ ਵਾਲੇ ਕੱਪੜੇ ਲੈਣ ਵੇਖਣ ਗਏ ਹੋਣਗੇ। ਮੈਂ ਕਹਿੰਦਾ ਸ਼ਹਿਰੇ ਵੇਖ ਲਓ, ਕਹਿੰਦੇ ਨਹੀਂ ਧਾਰੀਵਾਲ ਵੇਖਣ ਲੈਣਾ ਵਾ, ਅਤੇ ਮੈਂ ਕਹਿੰਦਾ ਸ਼ਹਿਰੇ ਵੀ ਵਧੀਆ ਮਿਲ ਜਾਂਦੇ ਨੇ, ਅਤੇ ਇਹ ਚੱਲ ਗਏ ਉੱਥੇ ਧਾਰੀਵਾਲ 'ਤੇ। ਜਦੋਂ ਮੈਂ ਆ ਕੇ ਵੇਖਿਆ ਤਾਂ ਬੈਗ ਬੂਗ 'ਤੇ ਕੋਈ ਕੱਪੜੇ ਲਿਫਾਫਾ ਕੋਈ ਦਿਖਦਾ ਹੀ ਨਹੀਂ ਇਹਨਾਂ ਕੋਲ, ਕੀ ਲੈ ਕੇ ਆਏ ਆ? ਫਿਰ ਮੈਂ ਪੁੱਛਿਆ, ਕਹਿੰਦੇ ਨਹੀਂ ਪਸੰਦ ਨਹੀਂ ਆਏ ਸਾਨੂੰ, ਪਸੰਦ ਨਹੀਂ ਆਏ, ਮਹਿੰਗੇ ਬੜੇ ਆ। ਅਤੇ ਫਿਰ ਮੁੜ ਕੇ ਮੈਂ ਕਿਹਾ ਹੋ ਸਕਦਾ ਕੁਛ ਖਾਣ ਵਾਸਤੇ ਲੈਣ ਗਏ ਹੋਣਗੇ, ਫਿਰ ਮੈਂ ਵੇਖਿਆ ਖਾਣ ਵਾਸਤੇ ਕੋਈ ਚੀਜ਼ ਨਹੀਂ ਲੈ ਕੇ ਆਏ, ਨਹੀਂ ਪੀਜ਼ਾ ਵਗੈਰਾ ਜਾਂ ਕੁਛ, ਹੈ ਨਾ। ਫਿਰ ਮੈਂ ਕਿਹਾ ਚਲ ਮੈਂ ਚੁੱਪ ਕਰੀ, ਮੈਂ ਕਹਿੰਦੇ ਰੋਟੀ ਬਣਾਓ ਰੋਟੀ, ਮੈਂ ਰੋਟੀਆਂ ਫੁਲਕੇ ਲਾਉਣ ਲੱਗ ਗਈ, ਅਤੇ ਫੁਲਕੇ ਲਾ ਕੇ ਅਤੇ ਅਸੀਂ, ਮੈਨੂੰ ਕਹਿੰਦੇ ਵੀ ਮੈਗੀ ਖਾਣੀ ਆ, ਸਿੱਪੀ ਕਹਿੰਦੇ ਮੈਗੀ ਮੈਂ ਬਣਾਉਣਾ ਵਾ, ਅਤੇ ਮੈਂ ਕਿਹਾ ਚਲ ਬਣਾ ਲਿਆ, ਪਿਆਜ਼ ਕੱਟ ਦਿਉ ਅਤੇ ਟਮਾਟਰ ਵਗੈਰਾ ਸਾਰਾ ਕੁਛ ਕੱਟ ਕੁੱਟ ਕੇ ਰੱਖ ਦਿਉ, ਮੈਂ ਬਣਾ ਦਿੰਦਾ। ਅਤੇ ਜਦੋਂ ਬਣਾ ਅਸੀਂ ਬੈਠੀ, ਮੈਂ ਅਤੇ ਕਿਰਨ ਅੰਦਰ ਬੈਠੀ ਹਾਂ, ਅਤੇ ਮੁੜ ਕੇ ਸਿੱਪੀ ਅਤੇ ਇਹ ਆਪਣੇ, ਸਿੱਪੀ ਅਤੇ ਸਿਮਰਤ ਜਿਹੜੇ ਨਾ ਬੜੇ ਖਰਾਬ ਨੇ, ਇਹ ਆਪਣੇ ਵੀ ਅਸੀਂ ਗੱਲਾਂ ਕੰਨਾਂ ਦੇ ਵਿੱਚ ਇਸ ਤਰ੍ਹਾਂ ਕਰਦੇ ਪਏ ਗੱਲਾਂ 'ਤੇ, ਮੈਂ ਇਹ ਕੀ ਕਰਨ ਡੇ ਆ, ਕੀ ਕਿਹੜੀ ਸਲਾਹ ਕਰਦੇ ਪਏ, ਕੀ ਗੱਲ ਆ? ਫਿਰ ਨਾ ਜਦੋਂ ਅੰਦਰ ਬੈਠੇ ਤਾਂ ਸਿੱਪੀ ਕਹਿੰਦਾ ਆਹ ਕੀ ਚੀਜ਼ ਆ ਗਈ ਤੁਹਾਡੇ ਵਿਹੜੇ 'ਚ? ਮੈਂ ਕਿਹਾ ਉਹਨੂੰ ਕਾ ਕੁਛ ਹੋਣਾ ਵਾ ਉਹਨੂੰ, ਸੱਚੀ ਆਣੋ, ਮੰਗਾਈ ਹੋਵੇ ਕੁਛ ਵੀ। ਫਿਰ ਮੈਂ ਕਿਹਾ
ਰਿਕਸ਼ਾ ਤੇ ਮਤਲਬ ਕਿ ਇਹ ਜਦੋਂ ਵੇਖਿਆ ਨਾ ਛਿੱਪੀ ਇੰਜ ਕਰਕੇ ਬਣਾ ਲਿਆ ਸਿੱਧਾ, ਮੈਨੂੰ ਫਿਰ ਉਦੋਂ ਸ਼ੱਕ ਪੈ ਗਿਆ, ਮੈਂ ਕਿਹਾ ਲੈ ਕੁਛ ਜਾਪਦਾ ਇਹ ਲੈ ਕੇ ਡੈਡੀ ਕਹਿੰਦੇ ਭੁਲੇਖਾ ਤਾਂ ਨੀ ਲੱਗ ਗਿਆ ਤੁਹਾਡੇ ਨਾਲ ਸਾਡੀਆਂ ਖੁਸ਼ੀਆਂ ਨੇ, ਸਾਡੇ ਮਾਂ ਪਿਓ ਖੁਸ਼ ਨੇ, ਅਸੀਂ ਵੈਸੇ ਖੁਸ਼ ਹਾਂ। ਬਾਕੀ ਮਸ਼ੀਨ ਫਿਟਿੰਗ ਕਰਨ ਵਾਲੇ ਭਾਈ ਸਾਹਿਬ ਨੇ ਆਣਾ, ਦੇਖਦੇ ਹੁਣ ਆਉਂਦੇ ਨੇ ਕਿ ਸਵੇਰੇ ਆਉਂਦੇ ਨੇ, ਤੇ ਮਸ਼ੀਨ ਵੀ ਤੁਹਾਨੂੰ ਇੱਕ ਵਾਰੀ ਖੋਲ ਕੇ ਦਿਖਾਵਾਂਗੇ ਤੇ ਉਦੋਂ ਤੱਕ ਸਾਨੂੰ ਇੱਥੇ ਅੰਗੂਰ ਖਾ ਲੈਣ ਦੋ। ਲੋ ਜੀ ਆਹ ਸਾਡੀ ਮਾਤਾ ਦੀ ਮਸ਼ੀਨ ਵਾਸ਼ਿੰਗ ਦੀ, ਇਹ ਸਾਡੀ ਮਾਤਾ, ਮਾਤਾ ਦੇ ਵਿੱਚ ਬੈਠ ਕੇ ਆਪਣੇ ਆਪ ਨੂੰ ਧੋਰਿਆ ਕਰਨਾ ਹੈ ਕੱਪੜਿਆਂ ਸਮੇਤ। ਸਹੀ ਗੱਲ ਹੈ, ਸਹੀ ਗੱਲ ਹੈ। ਚਲੋ ਜੀ ਚਲੋ, ਸੋਹਣੀ ਮਸ਼ੀਨ ਮਾਤਾ ਦੀ, ਮਾਤਾ ਸਾਡੀ ਸੋਹਣੀ ਹੈ, ਮਸ਼ੀਨ ਮਾੜੀ ਕਿੱਦਾਂ ਮਿਲ ਜਾਏਗੀ। ਹੁਣ ਤਾਂ ਕਹਿਣਾ ਹੀ ਨੇ, ਹੁਣ ਤਾਂ ਕਹਿਣਾ ਹੀ ਹੈ, ਸਵੇਰੇ ਸਵੇਰੇ ਮਾਤਾ ਕੁਛ ਹੋਰ ਕਹਿ ਰਹੀ ਸੀ, ਹੁਣ ਨੀ ਬੋਲਣਾ ਹੈ। ਚਲੋ ਦੋਸਤੋ ਫਿਰ ਅੱਜ ਮਾਤਾ ਦੀ ਮਸ਼ੀਨ ਹੈ ਜਿਹੜੀ, ਉਹਨੂੰ ਇੰਸਟਾਲ ਕਰਵਾਉਂਦੇ ਹਾਂ ਤੇ ਤੁਹਾਨੂੰ ਮਿਲਦੇ ਹਾਂ ਕੱਲ੍ਹ ਇੱਕ ਨਵੇਂ ਵਲੋਗ ਦੇ ਵਿੱਚ, ਉਦੋਂ ਤੱਕ ਦਿਓ ਇਜਾਜ਼ਤ।